हेलो स्टूडेंट्स मैं सुखेन्द्र कौर फ्रॉम डिपार्टमेंट ऑफ इकोनॉमिक्स जीजीडीएसटी कॉलेज हरियाणा हु शेयर पर आज इस लेक्चर ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਐਲਸਟਿਸਟੀ ਆਫ ਡਿਮਾਂਡ ਮੰਗ ਦੀ ਲਚਕ ਜਿਹਨੂੰ ਆਪਾਂ ਕਹ ਦਿੰਦੇ ਆ ਟੋਪਿਕ ਕਰਨ ਜਾ ਰਹੇ ਆ ਅੱਜ ਸ਼ੁਰੂ ਕਰਾਂਗੇ ਇਸ ਟੋਪਿਕ ਨੂੰ ਸਭ ਤੋਂ ਪਹਿਲਾਂ ਤਾਂ ਇਹਦਾ मीनिंग व्हाट इज द ਐਲਸਟਿਸਟੀ ਆਫ ਡਿਮਾਂਡ ਡਿਮਾਂਡ ਆਪਾਂ ਕੀਤੀ ਸੀ ਡਿਮਾਂਡ ਟੋਪਿਕ ਆਪਾਂ ਕੀਤਾ ਸੀ ਫਿਰ ਅਸੀਂ ਲਾਫ ਡਿਮਾਂਡ ਕੀਤਾ ਔਰ ਤਾਂ ਪਾਉ ਦੇ ਵਿੱਚ ਇਹ ਦੇਖਿਆ ਕਿ ਜਦੋਂ ਸਾਡੀ ਪ੍ਰਾਈਸ ਇਨਕਰੀਜ਼ ਹੁੰਦੀ ਹੈ ਸਾਡੀ ਡਿਮਾਂਡ ਘਟ ਜਾਂਦੀ ਹੈ ਜਦੋਂ ਪ੍ਰਾਈਸ ਘਟਦੀ ਹੈ ਡਿਮਾਂਡ ਵੱਧ ਜਾਂਦੀ ਹੈ ਤੇ ਇਹ ਜਿਹੜਾ ਕਨਸੈਪਟ ਹੈ ਇਲਾਸਟੀਸਿਟੀ ਆਫ ਡਿਮਾਂਡ ਦਾ ਇਹ ਜਿਹੜਾ ਕਨਸੈਪਟ ਹੈ ਇਹ ਸਾਨੂੰ ਸਭ ਤੋਂ ਪਹਿਲਾਂ ਜੀ ਐਸ ਮਿਲ ਤੇ ਕੁਰਨੋ ਨੇ ਦਿੱਤਾ ਸੀ ਜੀ ਐਸ ਮਿਲ ਐਂਡ ਕੁਰਨੋ ਉਸ ਤੋਂ ਬਾਅਦ ਜਿਹੜਾ ਸਾਡੇ ਸਾਹਮਣੇ ਸਾਡੇ ਤੱਕ ਜਿਹੜਾ ਕਨਸੈਪਟ ਲੈ ਕੇ ਆਏ ਆ ਉਹ ਲੈ ਕੇ ਆਏ ਆ ਪ੍ਰਿੰਸੀਪਲਸ ਆਫ ਇਕਨੋਮਿਕਸ ਨਾਦੀ ਬੁੱਕ ਹੈ ਡਾਕਟਰ ਮਹਲਛਲ ਦੀ ਉਹ ਲੈ ਕੇ ਆਏ ਆ ਉਹਨਾਂ ਨੇ ਕੀ ਕਿਹਾ ਕੀ ਇਲਾਸਟਿਸਟੀ ਆਫ ਡਿਮਾਂਡ ਇਲਾਸਟਿਸਟੀ ਆਫ ਡਿਮਾਂਡ ਇਸ ਆ ਇਲਾਸਟਿਸਿਟੀ ਇਸ ਆ ਮੇਜਰ ਜਾਂ ਮੇਜਰ ਆਫਰ ਰਿਸਪਾਂਸਿਵਨੈਸ ਆਫ ਵਨ ਵੈਰੀਏਬਲ ਟੂ ਚੇਂਜ ਇਨ ਅਦਰ ਮੀਨਸ ਇੱਕ ਵੈਰੀਏਬਲ ਦੇ ਨਾਲ ਜਿਹੜੀ ਦੂਸਰੇ ਦੇ ਵਿੱਚ ਚੇਂਜ ਆਂਦੀ ਪਈ ਆ ਉਹ ਇਲਾਸਟਿਸਟੀ ਹੁੰਦੀ ਆ ਮੀਨਸ ਜੇ ਦਾ ਮੰਨ ਲਓ ਅਸੀਂ ਕਹੀਏ ਜੇ ਪ੍ਰਾਈਸ ਤੇ ਕਰਕੇ ਤੁਹਾਡੀ ਡਿਮਾਂਡ ਦੇ ਵਿੱਚ ਜਿਹੜੀ ਚੇਂਜ ਆਂਦੀ ਪਈ ਆ ਉਹ ਇਲਾਸਟਿਸਟੀ ਹੋਏਗੀ ਤੇ ਇਲਾਸਟਿਸਿਟੀ ਤੋਂ ਕੀ ਪਤਾ ਲੱਗਦਾ ਕਿ ਜਦੋਂ ਹੁਣ ਮੰਨ ਲਓ ਐਜ਼ ਅ ਬਿਜ਼ਨਸਮੈਨ ਹੀ ਆ ਤੇ ਬਿਜ਼ਨਸਮੈਨ ਦਾ ਜਿਹੜਾ ਆਬਜੈਕਟਿਵ ਆ ਤਾਂ ਮੈਕਸਿਮਮ ਪ੍ਰੋਫਿਟ ਆ ਤੇ ਪ੍ਰੋਫਿਟ ਤੇ ਜਿਹੜਾ ਉਹਦਾ ਰੈਵਨਿਊ ਮਾਈਨਸ ਕਾਸਟ ਹੁੰਦਾ ਮਤਲਬ ਉਹ ਆਪਣੇ ਪ੍ਰੋਫਿਟ ਨੂੰ ਵਧਾਉਣ ਲਈ ਕਾਸਟ ਨੂੰ ਘੱਟ ਕਰੂਗਾ ਤੇ ਰੈਵਨਿਊ ਨੂੰ ਵਧ ਕਰਾਂ ਦੀ ਕੋਸ਼ਿਸ਼ ਕਰੂਗਾ ਹੁਣ ਦੇਖੋ ਰੈਵਨਿਊ ਕੀ ਹੁੰਦੀ ਆ ਰੈਵਨਿਊ ਹੁੰਦੀ ਆ ਕੁਆਂਟੀਟੀ ਇੰਟੂ ਪ੍ਰਾਈਸ ਕਿੰਨਾ ਵੇਚਦਾ ਪਿਆ ਤੇ ਕਿਸ ਰੇਟ ਤੇ ਵੇਚਦਾ ਪਿਆ ਚਾਹੇ ਉਹ ਥੋੜਾ ਹੀ ਵੇਚੇ ਉਹ ਜਿਆਦਾ ਰੇਟ ਤੇ ਵੇਚ ਦੇਵੇ ਤਾਂ ਵੀ ਉਹਨੂੰ ਉਹਦੀ ਰੈਵਨਿਊ ਵਾਝ ਤਾਂ ਮੀ ਉਹਦੀ ਰੈਵਨਿਊ ਵੱਧ ਜਾਏਗੀ ਤੇ ਉਹ ਕਿਹੜਾ ਆਪਸ਼ਨ ਜਿਹੜਾ ਇਹਦੇ ਵਿੱਚੋਂ ਅਡਾਪਟ ਕਰਦਾ ਹੈ ਮਤਲਬ ਜੇ ਬਿਜ਼ਨਸਮੈਨ ਆਪਣੀ ਰੈਵਨਿਊ ਨੂੰ ਵਧਾਣ ਜਾਂਦਾ ਹੈ ਮੰਨ ਲਓ ਆਪਣੀ ਰੈਵਨਿਊ ਨੂੰ ਵਧਾਣਾ ਚਾਹੁੰਦਾ ਹੈ ਤੇ ਉਹ ਆਪਣੇ ਪ੍ਰਾਈਸ ਨੂੰ ਜਾਂ ਘਟਾ ਕੇ ਡਿਮਾਂਡ ਵਧਾ ਸਕਦਾ ਹੈ ਜਾਂ ਵੈਸੇ ਜੇ ਉਹਨੂੰ ਲੱਗਦਾ ਹੈ ਕਿ ਉਹਦਾ ਜਿਹੜਾ ਜ਼ਿਆਦਾ ਬੈਨੀਫਿਟ ਉਹਦੋਂ ਆ ਜਦੋਂ ਉਹ ਪ੍ਰਾਈਸ ਜ਼ਿਆਦਾ ਚਾਰਜ ਕਰੇ ਤਾਂ ਉਹ ਆਪਣੇ ਪ੍ਰਾਈਸ ਨੂੰ ਵਧਾ ਸਕਦਾ ਪਰ ਹੁਣ ਕੀ ਪ੍ਰਾਈਸ ਵਧਾ ਕੇ ਉਹਨੂੰ ਜ਼ਿਆਦਾ ਬੈਨੀਫਿਟ ਹੋਏਗਾ ਜਾਂ ਪ੍ਰਾਈਸ ਘਟਾ ਕੇ ਹੋਏਗਾ ਇਸ ਲਈ ਇਸ ਕੇਸ ਦੇ ਵਿੱਚ ਉਹ ਇਲਾਸਟਿਸਟੀ ਦੇਖਦਾ ਹੈ ਜਿਸ ਜਿੱਥੇ ਉਹਦੀ ਇਲਾਸਟਿਸਟੀ ਆਫ ਡਿਮਾਂਡ ਹੈ ਜਿਹੜੀ ਉਹ ਜ਼ਿਆਦਾ ਹੋਏਗੀ ਉੱਥੇ ਉਹਨੂੰ ਪ੍ਰਾਈਸ ਦੇ ਵਿੱਚ ਚੇਂਜ ਕਰਕੇ ਬੈਨੀਫਿਟ ਹੋ ਸਕਦਾ ਹੈ ਪਰ ਜਿੱਥੇ ਉਹਦੀ ਇਲਾਸਟਿਸਟੀ ਆਫ ਡਿਮਾਂਡ ਜ਼ਿਆਦਾ ਹੋਏਗੀ ਸੌਰੀ ਉੱਥੇ ਉਹਨੂੰ ਪ੍ਰਾਈਸ ਦੇ ਵਿੱਚ ਚੇਂਜ ਕਰਕੇ ਬੈਨੀਫਿਟ ਹੋਣ ਦੇ ਚਾਂਸਸ ਘੱਟ ਹੈ ਪਰ ਜਿੱਥੇ ਇਲਾਸਟਿਸਟੀ ਆਫ ਡਿਮਾਂਡ ਘੱਟ ਹੋਏਗੀ ਉੱਥੇ ਉਹਨੂੰ ਬੈਨੀਫਿਟ ਹੋ ਸਕਦਾ ਹੈ ਇਸ ਲਈ ਬਿਜ਼ਨਸਮੈਨ ਦੇ ਪੁਆਇੰਟ ਆਫ View ਤੋਂ ਜਦੋਂ ਆਪਾਂ ਦੇਖੀਏ ਤਾਂ ਜਿਹੜੀ ਇਲਾਸਟਿਸਟੀਟੀ ਆਫ ਡਿਮਾਂਡ ਆ ਉਹਦੇ ਅਕੋਰਡਿੰਗਲੀ ਐਕਚੁਅਲੀ ਪ੍ਰਾਈਸ ਜਿਹੜਾ ਉਹ ਡਿਸਾਈਡ ਕੀਤਾ ਜਾਂਦਾ ਉਹਦੇ ਤੋਂ ਫਿਰ ਇਹ ਪਤਾ ਲੱਗਦਾ ਕਿ ਤੁਹਾਡੀ ਡਿਮਾਂਡ ਦੇ ਵਿੱਚ ਕਿੰਨੀ ਚੇਂਜ ਆ ਸਕਦੀ ਹੈ ਪ੍ਰੋਫੈਸਰ ਡੂਲੀ ਨੇ ਕਿਹਾ ਸੀਗਾ ਦੀ ਇਲਾਸਟਿਸਟੀਟੀ ਆਫ ਡਿਮਾਂਡ ਮੀਅਰਸ ਦੀ ਰਿਸਪੌਂਸਿਵਨੈਸ ਆਫ ਦੀ ਕੁਆਂਟੀਟੀ ਡਿਮਾਂਡਡ ਆਫ ਗੁੱਡਸ ਟੂ ਚੇਂਜ ਇਨ ਇਟਸ ਪ੍ਰਾਈਸ ਮੀਨਸ ਜੇ ਕਿਸੇ ਪ੍ਰੋਡਕਟ ਦੇ ਕਿਸੇ ਗੁੱਡ ਦੀ ਪ੍ਰਾਈਸ ਦੇ ਵਿੱਚ ਚੇਂਜ ਆ ਜਾਂਦੀ ਹੈ ਤਾਂ ਉਹਦੇ ਨਾਲ ਉਹਦੀ ਡਿਮਾਂਡ ਦੇ ਵਿੱਚ ਕਿੰਨੀ ਚੇਂਜ ਆਏਗੀ ਤੇ ਜਿਹੜੀ ਇਹਨੂੰ ਇਹ ਜਿਹੜਾ ਟਾਪਿਕ ਆ ਇਹਨੂੰ ਅਸੀਂ ਪ੍ਰਾਈਸ ਲਾਸਟਿਸਟੀ ਆਫ ਡਿਮਾਂਡ ਇਨਕਮ ਰੈਲਾਸਟਿਸਟੀ ਆਫ ਡਿਮਾਂਡ ਤੇ ਕਰਾਸ ਰੈਲਾਸਟਿਸਟੀ ਆਫ ਡਿਮਾਂਡ ਜਿਹੜੇ ਇਹਦੇ ਲਾਸਟਿਸਟੀ ਆਫ ਡਿਮਾਂਡ ਦੇ ਜਿਹੜੇ ਮੇਨ ਇੰਤ ਤਰ੍ਹਾਂ ਦੀ ਹੁੰਦੀ ਆ ਹੁਣ ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਇਹ ਆ ਕਿ ਵਾਟ ਇਜ਼ ਪ੍ਰਾਈਸ ਲਾਸਟਿਸਟੀ ਆਫ ਡਿਮਾਂਡ ਡਾਕਟਰ ਐਲਫਰਡ ਮਾਰਸ਼ਲ ਆ ਜਿਹੜੇ ਉਹਨਾਂ ਨੇ ਪ੍ਰਾਈਸ ਲਾਸਟਿਸਟੀ ਆਫਟ ਮਾਰਦੀ ਜਿਹੜੀ ਕਨਸੈਪਟ ਆ ਇਹ ਜਿਹੜਾ ਕਨਸੈਪਟ ਆ ਉਹਨੂੰ ਉਹਨੂੰ ਕਲੀਅਰ ਕੀਤਾ ਹੈ ਕਿ ਡਾਕਟਰ ਮਾਰਸ਼ਲ ਨੇ ਵੀ ਕੀ ਕਿਹਾ ਸੀਗਾ ਪ੍ਰਾਈਸ ਲਾਸਟਿਸਟੀ ਆਫ ਡਿਮਾਂਡ ਇਜ਼ ਦੀ ਰੇਸ਼ੋ ਆਫ ਦੀ Uh, uh, of the percentage in the quantity demanded to the percentage change in the price means देखो ਜਦੋਂ ਇਹ ਚੇਂਜ ਪ੍ਰਾਈਸ ਵੀ ਆਉਂਦੀ ਪਈ ਹੈ ਤਾਂ ਡਿਮਾਂਡ ਚ ਵੀ ਆਉਂਦੀ ਪਈ ਹੈ ਇਹ ਤਾਂ ਆਪਾਂ ਲਾਫ ਡਿਮਾਂਡ ਚ ਕਰ ਲਿਆ ਨਾ ਕਿ ਪ੍ਰਾਈਸ ਘਟੂਗਾ ਤਾਂ ਡਿਮਾਂਡ ਵਧੂਗੀ ਪ੍ਰਾਈਸ ਵਧੂਗਾ ਤਾਂ ਡਿਮਾਂਡ ਘਟੂਗਾ ਪਰ ਕਿੰਨੇ ਪਰਸੈਂਟ ਚੇਂਜ ਆਏਗੀ ਪ੍ਰਾਈਸ ਚ ਕਿੰਨੇ ਪਰਸੈਂਟ ਚੇਂਜ ਆਵੇ ਤਾਂ ਡਿਮਾਂਡ ਚ ਕਿੰਨੇ ਪਰਸੈਂਟ ਚੇਂਜ ਆਏਗੀ ਕਿੰਨੇ ਪਰਸੈਂਟ ਡਿਮਾਂਡ ਵਧੀਆ ਕਿੰਨੇ ਪਰਸੈਂਟ ਪ੍ਰਾਈਸ ਘਟਦਾ ਇਹ ਇਹ ਸਾਰਾ ਰਿਲੇਸ਼ਨਸ਼ਿਪ ਆ ਜਿਹੜਾ ਪਰਸੈਂਟੇਜ ਦੇ ਵਿੱਚ ਜਿਹੜਾ ਰਿਲੇਸ਼ਨਸ਼ਿਪ ਆ ਆਫ ਇਲਾਸਟੀਸਟੀ ਆਫ ਡਿਮਾਂਡ ਦੇ ਵਿੱਚ ਐਕਸਪਲੇਨ ਕੀਤਾ ਜਾਂਦਾ ਇਲਾਸਟੀਸਟੀ ਆਫ ਡਿਮਾਂਡ ਨੂੰ ਐਕਚੁਅਲੀ ਈਡੀ ਲਿਖਿਆ ਜਾਂਦਾ ਸਭ ਤੋਂ ਪਹਿਲਾਂ ਇਹਦੇ ਮੂਰੇ 네ਗੇਟਿਵ ਦਾ ਸਾਈਨ ਮਾਈਨਸ ਦਾ ਸਾਈਨ ਪਾਇਆ ਜਾਂਦਾ ਇਹਦਾ ਮਤਲਬ ਕੀ ਹੁੰਦਾ ਕਿ ਇਹਦਾ ਮਤਲਬ ਕੀ ਹੁੰਦਾ ਕਿ ਕਿਉਂਕਿ ਡਿਮਾਂਡ ਤੇ ਪ੍ਰਾਈਸ ਦਾ ਰਿਲੇਸ਼ਨਸ਼ਿਪ ਚੇਂਜ ਹੈ ਚੇਂਜ ਇਨ ਕੁਆਂਟੀਟੀ ਡਿਮਾਂਡਡ ਸਭ ਤੋਂ ਪਹਿਲਾਂ ਡਿਵਾਈਡਡ ਬਾਈ ਚੇਂਜ ਇਨ ਪ੍ਰਾਈਸ ਇਹ ਇਹਦੇ ਮੋਰੇ ਤੁਸੀਂ ਪਾ ਦਿਓ ਪਰਸੈਂਟੇਜ ਪਰਸੈਂਟੇਜ ਡੈਲਟਾ ਤੁਸੀਂ ਪਾਉਂਦੇ ਹੋਏ ਉਹ ਚੇਂਜ ਲਈ ਮੀਨਸ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਡ ਡਿਊ ਟੂ ਪਰਸੈਂਟੇਜ ਚੇਂਜ ਇਨ ਪ੍ਰਾਈਸ ਪ੍ਰਾਈਸ ਦੇ ਵਿੱਚ ਚੇਂਜ ਆਉਣ ਦੇ ਕਰਕੇ ਪ੍ਰਤੀਸ਼ਤ ਤੇ ਤਬਦੀਲੀਆਂ ਹੋਣ ਦੇ ਕਰਕੇ ਜਿਹੜੀ ਪਰਸੈਂਟੇਜ ਚੇਂਜ ਜਿਹੜੀ ਡਿਮਾਂਡ ਦੇ ਵਿੱਚ ਆਉਂਦੀ ਆ ਉਹਨੂੰ ਤੁਸੀਂ ਕੀ ਕਹਿੰਦੇ ਹੋ ਇਲਾਸਟਿਸਿਟੀ ਆਫ ਡਿਮਾਂਡ ਠੀਕ ਹੈ ਤੇ ਜਿਹੜਾ ਇਹਦਾ ਪ੍ਰੋਪਰ ਫਾਰਮੂਲਾ ਹੈ ਉਹ ਹੈਗਾ ਮਾਈਨਸ ਦਾ ਸਾਈਨ ਤਾਂ ਆਏਗਾ ਹੀ ਆਏਗਾ ਡੈਲਟਾ ਕਊ ਮੀਨਸ ਚੇਂਜ ਇਨ ਕੁਆਂਟੀਟੀ ਡਿਵਾਈਡਿਡ ਬਾਈ ਡੈਲਟਾ ਪੀ ਚੇਂਜ ਇਨ ਪ੍ਰਾਈਸ ਇੰਟੂ ਪੀ ਓਵਰ ਕਊ ਪ੍ਰੀਵੀਅਸ ਪ੍ਰਾਈਸ ਤੇ ਕੁਆਂਟੀਟੀ ਜਿਹੜੀ ਠੀਕ ਹੈ ਉਸ ਤੋਂ ਬਾਅਦ ਬਹੁਤ ساری ਡਿਫੀਨੇਸ਼ਨਸ ਸਿੱਤੇ ਸਾਡੇ ਕੋਲ ਹੈਗੀਆਂ ਪ੍ਰੋਫੈਸਰ ਡਾਕਟਰ ਮਾਰਸ਼ਲ ਦੀ ਡਿਫੀਨੇਸ਼ਨ ਇਹ ਹੈ ਕਿ ਇਲਾਸਟਿਸਟੀ ਆਫ ਡਿਮਾਂਡ ਡਿਮਾਂਡ ਮੇ ਬੀ ਡਿਫਾਈਨਡ ਐਸ ਦੀ ਪਰਸੈਂਟੇਜ ਚੇਂਜ ਇਨ ਦੀ ਕੁਆਂਟੀਟੀ ਡਿਮਾਂਡਡ ਡਿਵਾਈਡਡ ਬਾਈ ਦੀ ਪਰਸੈਂਟੇਜ ਚੇਂਜ ਇਨ ਦੀ ਪ੍ਰਾਈਸ ਮੀਨਸ ਪਰਸੈਂਟੇਜ ਚੇਂਜ ਜਿਹੜੀ ਕੁਆਂਟੀਟੀ ਡਿਮਾਂਡਡ ਦੇ ਵਿੱਚ ਆਉਂਦੀ ਆ ਉਹਨੂੰ ਤੁਸੀਂ ਪਰਸੈਂਟੇਜ ਚੇਂਜ ਜਿਹੜੀ ਪ੍ਰਾਈਸ 'ਚ ਤੁਹਾਡੇ 'ਚ ਹੋਈ ਸੀ ਉਹਦੇ ਨਾਲ ਡਿਵਾਈਡ ਕਰ ਦੋਗੇ ਤੇ ਤੁਹਾਡੀ ਇਲਾਸਟਿਸਟੀ ਆਫ ਡਿਮਾਂਡ ਆ ਜਿਹੜੀ ਉਹ ਕੈਲਕੂਲੇਟ ਹੋ ਜਾਏਗੀ ਹੁਣ ਨੈਕਸਟ ਏ ਆ ਕਿ ਡਿਗਰੀਜ਼ ਕੀ ਹੁੰਦੀਆਂ ਇਲਾਸਟਿਸਟੀ ਆਫ ਡਿਮਾਂਡ ਦੀਆਂ ਡਿਗਰੀਜ਼ ਕਿਹੜ ਫਾਈਲ ਜਿਹੜੀਆਂ ਆਪਾਂ ਡਿਗਰੀਜ਼ ਜਿਹੜੀਆਂ ਡਿਸਕਸ ਕਰਦੇ ਆਂ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਪਰਫੈਕਟਲੀ ਇਲਾਸਟਿਕ ਡਿਮਾਂਡ ਹੁੰਦੀ ਆ ਫਿਰ ਪਰਫੈਕਟਲੀ ਇਨ ਇਲਾਸਟਿਕ ਇੱਕ ਹੈਗਾ ਇਲਾਸਟਿਕ ਪੂਰੀ ਤਰ੍ਹਾਂ ਇਲਾਸਟਿਕ ਇੱਕ ਹੈਗਾ ਪੂਰੀ ਤਰ੍ਹਾਂ ਇਨ ਇਲਾਸਟਿਕ ਇੱਕ ਫਿਰ ਹੁੰਦੀ ਯੂਨਿਟਰੀ ਇਲਾਸਟਿਕ ਅਤੇ ਇੱਕ ਹੁੰਦੀ ਗ੍ਰੇਟਰ ਥੈਨ ਜੁਨਿਟਰੀ ਦੀ ਇੱਕ ਹੁੰਦੀ ਲੈਸ ਥੈਨ ਜੁਨਿਟਰੀ ਇਲਾਸਟਿਕ ਹੁਣ ਇਹਨਾਂ ਨੂੰ ਆਪਾਂ 1/1 ਕਰਕੇ ਐਕਸਪਲੇਨ ਕਰਾਂਗੇ ਡਿਸਕਸ਼ਨ ਕਰਾਂਗੇ ਇਹਨਾਂ ਦੀ ਆ ਸਭ ਤੋਂ ਪਹਿਲਾਂ ਤਾਂ ਪਰਫੈਕਟਲੀ ਇਲਾਸਟਿਕ ਡਿਮਾਂਡ ਸਭ ਤੋਂ ਪਹਿਲਾਂ ਜਿਹੜਾ ਸਾਡਾ ਹੈਗਾ ਪਰਫੈਕਟਲੀ ਇਲਾਸਟਿਕ ਡਿਮਾਂਡ ਇਹਨੂੰ ਤੁਸੀਂ ਕਹਿੰਦੇ ਪੂਰਨ ਲੋਚਦਾਰ ਮੰਗ ਪੂਰਨ ਲੋਚਦਾਰ ਮੰਗ ਦੇ ਵਿੱਚ ਇਹ ਹੁੰਦਾ ਕਿ ਜੇ ਥੋੜੀ ਜੀ ਮੀਨਸ ਮਾਈਨਰ ਜੀ ਚੇਂਜ ਵੀ ਜੇ ਤੁਸੀਂ ਕੀਤੀ ਨਾ ਪ੍ਰਾਈਸ ਦੇ ਵਿੱਚ ਤਾਂ ਡਿਮਾਂਡ ਚ ਇਨਫਿਨਿਟੀ ਚੇਂਜ ਆਏਗੀ ਮੀਨਸ ਬਹੁਤ ਜ਼ਿਆਦਾ ਚੇਂਜ ਆ ਜਾਏਗੀ ਇਸ ਤਰ੍ਹਾਂ ਦੇ ਕੇਸਸ ਦੇ ਵਿੱਚ ਅਸਲ ਚ ਇਹ ਇਹ ਉਹ ਕੇਸ ਆ ਕਿ ਜੇ ਤੁਸੀਂ ਹਲਕੀ ਜੀ ਚੇਂਜ ਵੀ ਕੀਤੀ ਨਾ ਚਾਹੇ ਪ੍ਰਾਈਸ ਨੂੰ ਘਟਾ ਦਿਓ ਤੇ ਚਾਹੇ ਵਧਾ ਦਿਓ ਮੀਨਸ ਜੇ ਪ੍ਰਾਈਸ ਜਿੱਥੇ ਇਸ ਵੇਲੇ ਫਿਕਸ ਹੋ ਗਿਆ ਜੇ ਤੁਸੀਂ ਉਸ ਪ੍ਰਾਈਸ ਥੋੜੀ ਜੀ ਵੀ ਮਤਲਬ 1% ਦੇ ਵੀ ਚੇਂਜ ਕਰਤੀ ਤਾਂ ਤੁਹਾਡੀ ਡਿਮਾਂਡ ਜ਼ੀਰੋ ਹੋ ਸਕਦੀ ਹੈ ਤੇ ਜੇ ਪ੍ਰਾਈਸ ਤੁਸੀਂ ਥੋੜੀ ਜਿਹੀ ਘਟਾਤੀ ਮੰਨ ਲਓ 1 2% 5% ਵੀ ਘਟਾਤੀ ਨਾ ਤਾਂ ਤੁਹਾਡੀ ਡਿਮਾਂਡ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਸਕਦਾ ਪ੍ਰਾਈਸ ਦੇ ਵਿੱਚ 1 2% ਦੀ ਚੇਂਜ ਤੁਹਾਡੀ ਡਿਮਾਂਡ ਨੂੰ ਜ਼ੀਰੋ ਕਰ ਸਕਦੀ ਹੈ ਤੇ ਪ੍ਰਾਈਸ ਦੇ ਵਿੱਚ ਥੋੜਾ ਥੋੜੀ ਜਹੀ ਥੋੜੀ ਜੀ ਇਨਕਰੀਸ ਤੁਹਾਡੀ ਡਿਮਾਂਡ ਨੂੰ ਜ਼ੀਰੋ ਕਰ ਸਕਦੀ ਹੈ ਪ੍ਰਾਈਸ ਦੇ ਵਿੱਚ ਥੋੜੀ ਜੀ ਡਿਕਰੀਸ ਤੁਹਾਡੀ ਡਿਮਾਂਡ ਨੂੰ ਇਨਫਿਨਿਟੀ ਤੱਕ ਲੈ ਕੇ ਜਾ ਸਕਦੀ ਹੈ ਉਹਦੇ ਵਿੱਚ ਇਨਫਿਨਿਟੀ ਮਤਲਬ ਬਹੁਤ ਜ਼ਿਆਦਾ ਵਾਧਾ ਜਿਹਨੂੰ ਤੁਸੀਂ ਈਵਨ ਕੈਲਕੂਲੇਟ ਵੀ ਨਹੀਂ ਕਰ ਪਾਉਂਦੇ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਉਹਨਾਂ ਵਾਧਾ ਕਰ ਸਕਦੀ ਹੈ ਇਸ ਲਈ ਇਹ ਉਹ ਕੇਸ ਹੁੰਦਾ ਹੈ ਕਿ ਜਿੱਥੇ ਇਸ ਕੇਸ ਦੇ ਵਿੱਚ ਆਮ ਕਰਕੇ ਜੇ ਕਿਸੇ ਬਿਜ਼ਨਸਮੈਨ ਦੇ ਪੁਆਇੰਟ ਆਫ View ਤੋਂ ਦੇਖੋ ਤਾਂ ਕਦੀ ਵੀ ਇਸ ਤਰ੍ਹਾਂ ਦੀ ਜੇ ਇਲਾਸਟੀਸਟੀ ਆਫ ਡਿਮਾਂਡ ਹੋਏਗੀ ਤਾਂ ਉਹ ਕਦੀ ਵੀ ਪ੍ਰਾਈਸ ਦੇ ਵਿੱਚ ਵਾਧਾ ਨਹੀਂ ਕਰੇਗਾ ਕਿਉਂਕਿ ਉਹਦੀ ਡਿਮਾਂਡ ਇੱਕਦਮ ਜ਼ੀਰੋ ਹੋ ਸਕਦੀ ਹੈ ਤੇ ਇਹਦੀ ਜਿਹੜੀ ਸ਼ੇਪ ਆ ਉਹ ਆ ਹੋਏਗੀ ਆ ਫਸਟ ਜਿਹੜਾ ਉਹ ਐਕਸ ਤੇ ਦੇਖੋ ਕੁਆਂਟੀਟੀ ਲਈ ਆ ਆਪਾਂ ਤੇ ਉਹ ਵਾਈ ਦੇ ਉੱਤੇ ਅਸੀਂ ਤੇ ਇਹ ਇਹ ਡਾਇਗਰਾਮ ਹੁੰਦੀ ਹੈ ਹੁੰਦੀ ਹਾਰੀਜ਼ਨਟਲ ਟੂ ਐਕਸ ਐਕਸਿਸ ਐਕਸ ਐਕਸਿਸ ਦੇ ਹਾਰੀਜ਼ਨਨਲ ਹੋਏਗੀ ਦੇਖੋ ਇਥੇ ਉਹਨਾਂ ਨੇ ਕਿਹਾ ਪ੍ਰਾਈਸ ਜਿਹੜਾ ਤੁਸੀਂ 4 ਰੁਪਏ 4 ਰੁਪੀਸ ਰੱਖਿਆ ਹੋਇਆ ਜੇ ਪ੍ਰਾਈਸ ਨੂੰ ਤੁਸੀਂ 4 ਐਂਡ ਹਾਫ ਕਰੋ ਨਾ ਤੇ ਤੁਹਾਡੀ ਡਿਮਾਂਡ ਜ਼ੀਰੋ ਹੋ ਜਾਏਗੀ ਤੇ ਜੇ ਪ੍ਰਾਈਸ ਨੂੰ ਤੁਸੀਂ 3 ਐਂਡ ਹਾਫ ਕਰੋ ਤੇ ਇਨਫਿਨਿਟੀ ਤੱਕ ਵਾਧਾ ਹੋ ਜਾਏਗਾ ਠੀਕ ਹੈ ਉਸ ਤੋਂ ਬਾਅਦ ਸੈਕੰਡ ਜਿਹੜੀ ਟਾਈਪ ਆ ਉਹ ਹੈਗੀ ਪਰਫੈਕਟਲੀ ਇਨੈਲਾਸਟਿਕ ਪਰਫੈਕਟਲੀ ਇਨੈਲਾਸਟਿਕ ਦਾ ਮਤਲਬ ਕੀ ਆ ਕਿ ਤੁਸੀਂ ਪ੍ਰਾਈਸ ਦੇ ਵਿੱਚ ਜਿੰਨੀ ਮਰਜ਼ੀ ਚੇਂਜ ਕਰ ਲਓ ਜਿੰਨਾ ਮਰਜ਼ੀ ਵਧਾ ਲਓ ਜਿੰਨਾ ਮਰਜ਼ੀ ਤਾ ਡੀਮਾਂਡ ਦੇ ਵਿੱਚ ਕੋਈ ਵੀ ਚੇਂਜ ਆਉਣ ਵਾਲੀ ਨਹੀਂ ਆ ਇਸ ਲਈ ਬਿਜ਼ਨਸਮੈਨ ਦੇ ਪੁਆਇੰਟ ਆਫ 뷰 ਤੋਂ ਜੇ ਆਪਾਂ ਗੱਲ ਕਰੀਏ ਤਾਂ ਬਿਜ਼ਨਸਮੈਨ ਆਪਣੇ ਪ੍ਰਾਈਸ ਨੂੰ ਇਸ ਤਰ੍ਹਾਂ ਦੀ ਡਿਮਾਂਡ ਦੇ ਕੇਸ ਦੇ ਵਿੱਚ ਇਸ ਤਰ੍ਹਾਂ ਦੀ ਇਲਾਸਟੀ ਦੀ ਕਿਸੀੜੀ ਦੇ ਕੇਸ 'ਚ ਵਧਾਏਗਾ ਕਿਉਂਕਿ ਜੇ ਉਹ ਪ੍ਰਾਈਸ ਨੂੰ ਵਧਾ ਵੀ ਦਿੰਦਾ ਤਾਂ ਵੀ ਡਿਮਾਂਡ ਤਾਂ ਉਹਦੀ ਘਟਣੀ ਹੀ ਨਹੀਂ ਹੈ ਠੀਕ ਹੈ ਤੇ ਇਹਦੇ ਲਈ ਜਿਹੜੀ ਉਹਦੀ ਕਰਵ ਆ ਉਹ ਇਹ ਆ ਸੈਕੰਡ ਵਾਲੀ ਡਾਇਗਰਾਮ ਆ ਦੇਖੋ ਜੇ ਉਹਨੇ ਕਿਹਾ ਕਿ ਤੁਹਾਡੀ ਜਿਹੜੀ ਡਿਮਾਂਡ ਆ ਉਹ 4 ਯੂਨਿਟਸ ਦੀ ਹੁੰਦੀ ਪਈ ਆ ਉਹ ਸਟ੍ਰੇਟ ਆ ਉਹਦੇ 'ਚ ਕੋਈ ਚੇਂਜ ਨਹੀਂ ਆਣੀ ਪ੍ਰਾਈਸ ਤੁਸੀਂ ਚਾਹੇ ਦੂਰ ਪੇ ਲੈ ਲਓ ਚਾਹੇ 4 ਰੁਪੀਜ਼ ਲੈ ਲਓ ਚਾਹੇ 6 ਰੁਪੀਜ਼ ਲੈ ਲਓ ਇਸ ਲਈ ਪਹਿਲੇ ਕੇਸ ਦੇ ਵਿੱਚ ਕੀ ਸੀ ਇਲਾਸਟਿਸਿਟੀ ਆਫ ਡਿਮਾਂਡ ਕੀ ਹੁੰਦੀ ਹੈ ਇਨਫਿਨਿਟੀ ਪਰ ਦੂਜੇ ਕੇਸ ਦੇ ਵਿੱਚ ਇਲਾਸਟਿਸਿਟੀ ਆਫ ਡਿਮਾਂਡ ਕਿੰਨੀ ਹੈ 0 ਕਿ ਕੋਈ ਚੇਂਜ ਨਹੀਂ ਆਦੀ ਪ੍ਰਾਈਸ ਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਚੇਂਜ ਕਰੀ ਜਾਓ ਤੀਸਰਾ ਜਿਹੜਾ ਸਾਡਾ ਕਨਸੈਪਟ ਆ ਉਹ ਹੈਗਾ ਯੂਨਿਟਰੀ ਇਲਾਸਟਿਕ ਯੂਨਿਟਰੀ ਇਲਾਸਟਿਕ ਦੇਖੋ ਜਿਸ ਤਰ੍ਹਾਂ ਪਤਾ ਹੀ ਹੈ ਇਕਾਈ ਲੋਚਦਾਰ ਇਹਦੇ ਵਿੱਚ ਕੀ ਹੁੰਦਾ ਜਿੰਨੇ ਪਰਸੈਂਟ ਚੇਂਜ ਤੁਹਾਡੇ ਪ੍ਰਾਈਸ ਚ ਆਈ ਹੈ ਨਾ ਉਨੇ ਪਰਸੈਂਟ ਚੇਂਜ ਤੁਹਾਡੀ ਡਿਮਾਂਡ ਚ ਆਏਗੀ ਇਹ ਤਾਂ ਗੱਲ ਪੱਕੀ ਆ ਕਿ ਪ੍ਰਾਈਸ ਵਧਣ ਤੇ ਡਿਮਾਂਡ ਘਟੂਗੀ ਪ੍ਰਾਈਸ ਘਟਣ ਤੇ ਡਿਮਾਂਡ ਵਧੂਗੀ ਕਿਉਂਕਿ ਇਨਵਰਸ ਰਿਲੇਸ਼ਨਸ਼ਿਪ ਆ ਪਰ ਮੰਨ ਲਓ ਤੁਸੀਂ 10% ਪ੍ਰਾਈਸ ਵਧਾਇਆ ਤੇ 10% ਤੁਹਾਡੀ ਮੰਗ ਘਟੂਗੀ ਜੇ ਤੁਸੀਂ 10% ਪ੍ਰਾਈਸ ਨੂੰ ਘਟਾਇਆ ਤਾਂ 10% ਤੁਹਾਡੀ ਮੰਗ ਵਧ ਜੇਗੀ ਚੇਂਜ ਜਿਹੜੀ ਆ ਉਹ 네ਗੇਟਿਵ ਤਾਂ ਹੋਏਗੀ ਮਤਲਬ ਉਲਟੀ ਤਾਂ ਹੋਏਗੀ ਦੋਨੋਂ ਵੇਰੀਏਬਲਸ ਇੱਕ ਹੀ ਡਾਇਰੈਕਸ਼ਨ ਚ ਚੇਂਜ ਨਹੀਂ ਹੋਣੇ ਇਕਨੇ ਘਟਣਾ ਹੈ ਤੇ ਇਕਨੇ ਵਧਣਾ ਹੈ ਪ੍ਰਾਈਸ ਤੇ ਡਿਮਾਂਡ ਦੇ ਵਿੱਚੋਂ ਪਰ ਜਿੰਨੇ ਪਰਸੈਂਟ ਪ੍ਰਾਈਸ ਚ ਚੇਂਜ ਆਏਗੀ ਉਨੇ ਪਰਸੈਂਟ ਉਹਦੇ ਉਲਟ ਮਤਲਬ ਜੇ ਪ੍ਰਾਈਸ ਵਧਦਾ ਪਿਆ ਤਾਂ ਡਿਮਾਂਡ ਘਟੂਗੀ ਉਨੇ ਪਰਸੈਂਟ ਹੀ ਘਟੂਗੀ ਠੀਕ ਹੈ ਇਸ ਲਈ ਇਧਰ ਉਹਨੇ ਉਹੀ ਦਿਖਾਇਆ ਕਿ ਤੁਸੀਂ P1 ਤੇ B ਸ਼ੁਰੂ ਦਾ ਆਪਸ਼ਨ ਸੀ ਪ੍ਰਾਈਸ ਤੁਸੀਂ P1 ਤੋਂ P ਤੱਕ ਵਧਾਤਾ ਮੰਨ ਲਓ 10% ਵਧਾਤਾ ਤੇ ਤੁਹਾਡੀ ਜਿਹੜੀ ਡਿਮਾਂਡ ਹੈ ਉਹ B ਤੋਂ C ਤੱਕ ਵਧੇਗੀ ਮੀਨਸ 10% ਵੱਧ ਜੇਗੀ ਪ੍ਰਾਈਸ ਜਦੋਂ ਤੁਸੀਂ ਸੌਰੀ ਘਟ ਜੇਗੀ ਜਦੋਂ ਪ੍ਰਾਈਸ ਤੁਸੀਂ ਪੀ 1 ਟੂ ਪੀ 10% ਵਧਾਇਆ ਤੇ ਤੁਹਾਡੀ ਡਿਮਾਂਡ ਸੀ ਟੂ ਬੀ ਆ ਜਾਏਗੀ 10% ਘਟ ਜੇਗੀ ਇਸ ਕੇਸ ਦੇ ਵਿੱਚ ਜਿਹੜੀ ਤੁਹਾਡੀ ਇਲਾਸਟੀਸਟੀ ਆਫ ਡਿਮਾਂਡ ਆ ਇਕਵਲਸ ਟੂ 1 ਹੋਏਗੀ ਉਸ ਤੋਂ ਬਾਅਦ ਨੈਕਸਟ ਟੌਪਿਕ ਆ ਜਿਹੜਾ ਉਹ ਸਾਡਾ ਹੈਗਾ ਯੂਨਿਟਰੀ ਗ੍ਰੇਟਰ ਦੈਨ ਯੂਨਿਟਰੀ ਇਲਾਸਟਿਕ ਡਿਮਾਂਡ ਹੈ ਨਾ ਗ੍ਰੇਟਰ ਦੈਨ ਯੂਨਿਟਰੀ ਇਲਾਸਟਿਕ ਡਿਮਾਂਡ ਦੇ ਵਿੱਚ ਕੀ ਹੁੰਦਾ ਕਿ ਦੇਖੋ ਇੱਥੇ ਇਹ ਗੱਲ ਤਾਂ ਪੱਕੀ ਰੱਖਿਓ ਕਿ ਲਾਅ ਆਫ ਡਿਮਾਂਡ ਤਾਂ ਅਪਲਾਈ ਹੋਣਾ ਹੀ ਹੋਣਾ ਹੈ ਆ ਜੇ ਤੁਸੀਂ ਪ੍ਰਾਈਸ ਦੇ ਵਿੱਚ ਵਾਧਾ ਕਰ ਦਿੱਤਾ ਤੇ ਤੁਹਾਡੀ ਡਿਮਾਂਡ ਘਟਣੀ ਘਟਣੀ ਜੇ ਪ੍ਰਾਈਸ ਘਟਿਆ ਤਾਂ ਡਿਮਾਂਡ ਵਧਣੀ ਆ ਪਰ ਹੁਣ ਜਦੋਂ ਤੁਹਾਡਾ ਗ੍ਰੇਟਰ ਥੈਨ ਜੇਕਰ ਇਲਾਸਟਿਕ ਦਾ ਕੇਸ ਹੋਣਾ ਇਹਦੇ ਵਿੱਚ ਤੁਹਾਡੀ ਪ੍ਰਾਈਸ ਦੇ ਵਿੱਚ ਕਿੰਨੇ ਪਰਸੈਂਟ ਮੰਨ ਲਓ ਵਾਧਾ ਹੁੰਦਾ ਮੰਨ ਲਓ ਤੁਸੀਂ ਪ੍ਰਾਈਸ ਨੂੰ 10% ਵਧਾ ਦਿੰਦੇ ਆ ਡਿਮਾਂਡ ਘਟੂਗੀ ਪਰ ਮੂਰਦ ਦੇ 10% ਘਟੂਗੀ ਮੰਨ ਲਓ ਤੁਸੀਂ ਇੱਕ ਤਰ੍ਹਾਂ ਨਾਲ ਜੇ ਆਪਾਂ ਕਹਿ ਲਈਏ ਕਿ ਜੇ ਅਸੀਂ 10% ਚੇਂਜ ਕਰਦੇ ਪਏ ਆ ਆਪਣੇ ਪ੍ਰਾਈਸ ਦੇ ਵਿੱਚ ਵਧਾਉਂਦੇ ਪਏ ਆ ਪ੍ਰਾਈਸ ਨੂੰ ਤਾਂ ਸਾਡੀ ਕਿਹੜੀ ਡਿਮਾਂਡ ਆ ਉਹ 30% ਘਟ ਜੂਗੀ ठीक है और जे अपा प्राइज़ परसेंटेज घटा दीए तो डिमांड ती परसेंट वजेगी मीनज प्राइस प्राइस के वादे न डिमांड पर इफेक्ट की पेगा वो घटूगी जो वध भी प्राइज इनवर्सल होगा तो उल्टी होएगा तो सूँ पता ही है मैके रिलेशनशिप है पर जे प्राइज़ जिन्हें परसेंट अभी चेंज होया ਡਿਮਾਂਡ ਦੇ ਵਿੱਚ ਚੇਂਜ ਪ੍ਰਾਈਸ ਦੀ ਚੇਂਜ ਤੋਂ ਜ਼ਿਆਦਾ ਪਰਸੈਂਟੇਜ ਹੋਏਗੀ ਠੀਕ ਹੈ ਇਹ ਵੀ ਜਿਹੜੀ ਡਾਇਗਰਾਮ ਆ ਉਹ ਇਹ ਹੋਏਗੀ ਦੇਖੋ ਇੱਥੇ ਸਾਡਾ ਜਿਹੜਾ origional price ਆ ਉਹ ਹੈਗਾ P1 ਤੇ ਡਿਮਾਂਡ ਆ ਜਿਹੜੀ ਉਹ ਸਾਡੀ ਹੈਗੀ V ਜੇ ਅਸੀਂ ਹੁਣ ਪ੍ਰਾਈਸ ਵਧਾਇਆ ਜੇ ਅਸੀਂ ਹੁਣ ਪ੍ਰਾਈਸ ਨੂੰ ਜਿਹੜੀ ਸਾਡੀ origional price ਆ ਉਹ OP1 ਆ ਤੇ origional demand ਜਿਹੜੀ ਸਾਡੀ OC ਆ ਜੇ ਹੁਣ ਅਸੀਂ ਪ੍ਰਾਈਸ ਨੂੰ ਵਧਾਇਆ ਜਿੰਤੇ ਪ੍ਰਾਈਸ ਤੋਂ ਹੋਂਤੇ ਬਿਨਾਂ ਸ਼ੱਕ ਡਿਮਾਂਡ ਘਟੂਗੀ ਪ੍ਰਾਈਸ ਤੁਸੀਂ ਵਧਾਇਆ P1 ਤੋਂ P ਇਹਨਾਂ ਪ੍ਰਾਈਸ ਮੰਨ ਲਓ 10% ਵਧਾਇਆ ਤੇ ਜਿਹੜੀ ਡਿਮਾਂਡ ਹੈ ਤੁਹਾਡੀ ਉਹ C ਤੋਂ B ਤੇ ਆ ਜਾਣੀ ਹੈ ਮਤਲਬ 20% ਦੇਖੋ ਇਹ ਗੈਪ ਜ਼ਿਆਦਾ ਆ ਆ ਗੈਪ ਜ਼ਿਆਦਾ ਆ ਤੇ ਆ ਗੈਪ ਘਟਾ ਇਹਨੂੰ ਤੁਸੀਂ ਕਹਿੰਦੇ ਹੋ ਇਲਾਸਟਿਸਿਟੀ ਇਜ਼ ਗ੍ਰੇਟਰ ਦੈਨ 1 ਨੈਕਸਟ ਕੇਸ ਹੈਗਾ ਇਲਾਸਟਿਸਿਟੀ ਲੈਸ ਦੈਨ ਮੰਨ ਇਹਦਾ ਮਤਲਬ ਵੀ ਇਹੀ ਆ ਕਿ ਪ੍ਰਾਈਸ ਦੇ ਵਿੱਚ ਜਦੋਂ ਚੇਂਜ ਆਊਗੀ ਤਾਂ ਡਿਮਾਂਡ 'ਚ ਚੇਂਜ ਆਊਗੀ ਪਰ ਡਿਮਾਂਡ 'ਚ ਚੇਂਜ ਪ੍ਰਾਈਸ ਦੀ ਪਰਸੈਂਟੇਜ ਚੇਂਜ ਦੇ ਮੁਕਾਬਲੇ ਘੱਟ ਆਊਗੀ ਇਹ ਤੇ ਦੇਖੋ ਤੁਸੀਂ ਜਦੋਂ ਪ੍ਰਾਈਸ ਨੂੰ P1 ਤੋਂ P ਤੱਕ ਵਧਾਉਂਦੇ ਪਏ ਹੋ ਮਤਲਬ ਤੁਸੀਂ ਕਹ ਲਓ ਕਿ 20% ਤੁਸੀਂ ਪ੍ਰਾਈਸ ਨੂੰ ਵਧਾਉਂਦੇ ਪਏ ਹੋ ਪ੍ਰਾਈਸ ਉਹਦਾਂ ਤੇ ਡਿਮਾਂਡ ਤਾਂ ਘਟੂਗੀ ਪਰ ਉਨੀ ਨਹੀਂ ਘਟਦੀ देखो 20% ਨਹੀਂ ਸਿਰਫ ਆ 5% ਤੱਕ ਲਗਭਗ 5% ਹੈ ਜਿਹੜੀ ਡਿਮਾਂਡ ਘਟੀ ਹੈ ਇਸ ਲਈ ਇਹ ਇਲਾਸਟਿਸਿਟੀ ਲੈਸ 1 ਹੋਏਗੀ ਇੱਕ ਤਰ੍ਹਾਂ ਨਾਲ ਜੇ ਮੈਂ ਸਿੰਪਲ ਜਿਹਾ ਸਿੰਪਲ ਜਿਹਾ ਦੱਸਾਂ ਤਾਂ ਜਦੋਂ ਤੁਹਾਡੀ ਇਲਾਸਟਿਸਿਟੀ ਆਫ ਡਿਮਾਂਡ ਤੁਹਾਡੀ ਪਰਫੈਕਟਲੀ ਇਲਾਸਟਿਕ ਹੈ ਇਹ ਹਰੀਜ਼ਨਟਲ ਕਰਵ ਹੋਏਗੀ ਜਦੋਂ ਇਹ ਪਰਫੈਕਟਲੀ ਇਨ ਇਲਾਸਟਿਕ ਹੈ ਇਹ ਇਸ ਤਰ੍ਹਾਂ ਵਰਟੀਕਲ ਲਾਈਨ ਹੋਏਗੀ ਜਦੋਂ ਯੂਨਿਟਰੀ ਇਲਾਸਟਿਕਾ ਤਾਂ ਇਹ ਕਰਵ ਹੋਏਗੀ ਜਦੋਂ ਤੁਹਾਡੀ ਗ੍ਰੇਟਰ ਥੈਨ ਯੂਨਿਟਰੀ ਹੈ ਤੇ ਇਸ ਤਰ੍ਹਾਂ ਫਲੈਟ ਲਾਈਨ ਹੋਏਗੀ ਤੇ ਜਦੋਂ ਤੁਹਾਡੀ ਲੈਸ ਥੈਨ ਯੂਨਿਟਰੀ ਹੈ ਤਾਂ ਇਸ ਤਰ੍ਹਾਂ ਇੱਕ ਸਟੀਪ ਲਾਈਨ ਹੋਏਗੀ ਠੀਕ ਹੈ ਤੇ ਨੈਕਸਟ ਜਿਹੜਾ ਟੋਪਿਕ ਆ ਸਾਡਾ ਉਹ ਹੈਗਾ ਮੈਜ਼ਰਮੈਂਟ ਆਫ ਅ ਪ੍ਰਾਈਸਲੈਸ ਇਲਸਟੀਸਟੀ ਆਫ ਮਾਨਾ ਲਾਸਟਿਸਟੀ ਆਫ ਮਾਨ ਨੂੰ ਕਿੱਦਾਂ ਮੀਅਰ ਕੀਤਾ ਜਾਂਦਾ ਇਹ ਟੋਪਿਕ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ ਥੈਂਕ ਯੂ ਥੈਂਕ ਯੂ so much